ਸਰਸ਼ੀ ਕਾਲਕਸਨ ਵਿਰੋਧ ਸਵਾਗਤ ਹੈ ਤਾਜਾ ਮੰਡੀਪਾ YouTube ਚੈਨਲ ਤੇ Facebook ਪੇਜ ਤੇ ਹਾਜ਼ਰ ਹੋਏ ਆ ਨਰਮਾ ਕਪਾ ਤੇ ਬਾਸਮਤੀ ਦੇ ਨਵੇਂ ਰੇਟ ਲੈ ਕੇ ਸਾਰੇ ਕਿਸਾਨ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਨਾਲ ਹੀ ਨਰਮੇ ਦੀ ਕਾਸ਼ਤ ਕਰਨ ਵਾਲੇ ਭਰਾਵਾਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਨਰਮੇ ਦੇ ਰੇਟਾਂ ਵਿੱਚ ਬਹੁਤ ਜ਼ਬਰਦਸਤ ਤੇਜ਼ੀ ਜਿਹੜੀ ਦੇਖਣ ਨੂੰ ਮਿਲੀ ਹੈ ਨਰਮਿੰਦਰ ਰੇਟੇ ਦੇ 11000 ਦਾ ਅੰਕੜਾ ਅਚੂ ਚੁੱਕਿਆ ਤੇ ਆਓ ਦੇਖਦੇ ਹਾਂ ਕੀ ਰੇਟ ਵੱਖ-ਵੱਖ ਮੰਡੀਆਂ ਦੇ ਵਿੱਚ ਰਹੇ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਨਲਕਾਂਟੀ ਵਾਲਾ ਬਟਨ ਵੀ ਦਬਾ ਲਿਓ ਅਗਰ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਹਰ ਰੋਜ਼ ਮੰਡੀਆਂ ਦੇ ਨਵੇਂ ਰੇਟਾਂ ਦੇ ਬਾਰੇ ਜਾਣਕਾਰੀ ਮਿਲਦੀ ਰਹੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਦਮਪੁਰ ਮੰਡੀ ਦੀ ਤਾਂ ਇੱਥੇ ਨਰਮਾ 8200 ਰੁਪਏ ਤੋਂ ਲੈ ਕੇ 9972 ਰੁਪਏ ਪਰ ਕਵਾਂਟਲ ਵਿਕਿਆ ਤੇ ਕਪਾਹ ਦਾ ਰੇਟ 1800 ਰੁਪਏ ਤੋਂ ਲੈ ਕੇ 7200 ਰੁਪਏ ਕੁਇੰਟਲ ਲਿਆ। ਉਚਾਣਾ ਮੰਡੀ ਦੇ ਵਿੱਚ ਬਾਸਮਤੀ 1121 3250 ਰੁਪਏ ਤੋਂ ਲੈ ਕੇ 3731 ਰੁਪਏ ਕੁਇੰਟਲ ਵਿਕਿਆ ਤੇ 17 18 ਦਾ ਰੇਟ 3225 ਰੁਪਏ ਤੋਂ ਲੈ ਕੇ 3549 ਰੁਪਏ ਕੁਇੰਟਲ ਲਿਆ। ਨਰਮਾ 8500 ਰੁਪਏ ਤੋਂ ਲੈ ਕੇ 9000 ਰੁਪਏ ਕੁਇੰਟਲ ਵਿਕਿਆ। ਹਨਮਾਨਗੜ ਮੰਡੀ ਦੇ ਵਿੱਚ ਨਰਮਾ 9200 ਰੁਪਏ ਤੋਂ ਲੈ ਕੇ 9335 ਰੁਪਏ ਕੁਇੰਟਲ ਵਿਕਿਆ। ਤੇ ਕਪਾਹ ਦਾ ਰੇਟ 6760 ਰੁਪਏ ਤੋਂ ਲੈ ਕੇ 7780 ਰੁਪਏ ਕਵਾਂਟਲ ਲਿਆ। ਭੱਟੂ ਮੰਡੀ ਦੇ ਵਿੱਚ ਨਰਮਾ 8800 ਰੁਪਏ ਤੋਂ ਲੈ ਕੇ 9035 ਰੁਪਏ ਕਵਾਂਟਲ ਵਿਕਿਆ ਤੇ ਕਪਾਹ ਦਾ ਰੇਟ 6800 ਰੁਪਏ ਤੋਂ ਲੈ ਕੇ 7050 ਰੁਪਏ ਕਵਾਂਟਲ ਲਿਆ। ਗਿੱਦੜਬਾਹਾ ਮੰਡੀ ਦੇ ਵਿੱਚ ਨਰਮਾ 9250 ਰੁਪਏ ਤੋਂ ਲੈ ਕੇ 9300 ਰੁਪਏ ਕਵਾਂਟਲ ਲਿਆ ਤੇ 11-21 ਦਾ ਰੇਟ 3340 ਰੁਪਏ ਤੋਂ ਲੈ ਕੇ 3600 ਰੁਪਏ ਕਵਾਂਟਲ ਲਿਆ। 17-18 3000 ਰੁਪਏ ਤੋਂ ਲੈ ਕੇ 3500 ਰੁਪਏ ਕਵਾਂਟਲ ਵਿਕਿਆ। ਤੇ ਮੁੱਛਲ 1400 ਤੋਂ 13000 ਰੁਪਏ ਤੋਂ ਲੈ ਕੇ 3500 ਰੁਪਏ ਕੁਇੰਟਲ ਵਿਕਿਆ ਸੰਗਰੀਆ ਮੰਡੀ ਦੇ ਵਿੱਚ ਨਰਮਾ 9000 ਰੁਪਏ ਤੋਂ ਲੈ ਕੇ 9385 ਰੁਪਏ ਕੁਇੰਟਲ ਵਿਕਿਆ ਤੇ ਗਵਾਰੇ ਦਾ ਰੇਟ 5000 ਰੁਪਏ ਤੋਂ ਲੈ ਕੇ 5773 ਰੁਪਏ ਕੁਇੰਟਲ ਰਹਾ ਕੈਤਲ ਮੰਡੀ ਦੇ ਵਿੱਚ ਬਾਸਮਤੀ 1121 3425 ਰੁਪਏ ਤੋਂ ਲੈ ਕੇ 3750 ਰੁਪਏ ਕੁਇੰਟਲ ਵਿਕਿਆ 17 18 ਦਾ ਰੇਟ 3260 ਰੁਪਏ ਤੋਂ ਲੈ ਕੇ 3640 ਰੁਪਏ ਕੁਇੰਟਲ ਰਹਾ ਮੁੱਚਲ 1400 ਤੋਂ 1 3000 ਰੁਪਏ ਤੋਂ ਲੈ ਕੇ 3350 ਰੁਪਏ ਕਿਵੰਟਲ ਵਿਕਿਆ ਟੁਹਾਣਾ ਮੰਡੀ ਦੇ ਵਿੱਚ ਬਾਸਮਤੀ 17 18 3000 ਰੁਪਏ ਤੋਂ ਲੈ ਕੇ 3595 ਰੁਪਏ ਕਿਵੰਟਲ ਵਿਕਿਆ ਤੇ ਮੁੱਚਲ 1400 ਇੱਕ 3000 ਰੁਪਏ ਤੋਂ ਲੈ ਕੇ 3550 ਰੁਪਏ ਕਿਵੰਟਲ ਰਹਾ ਸ਼ਬਨਮ 2670 ਰੁਪਏ ਕਿਵੰਟਲ ਵਿਕਿਆ ਕੋਟਕਪੂਰਾ ਮੰਡੀ ਦੇ ਵਿੱਚ ਬਾਸਮਤੀ 11 21 3650 ਰੁਪਏ ਤੋਂ ਲੈ ਕੇ 3835 ਰੁਪਏ ਕਿਵੰਟਲ ਵਿਕਿਆ 17 18 ਦਾ ਰੇਟ 3400 ਰੁਪਏ ਤੋਂ ਲੈ ਕੇ 3550 ਰੁਪਏ ਕਿਵਾਂਟਲ ਵਿਕਿਆ 1509 3000 ਰੁਪਏ ਤੋਂ ਲੈ ਕੇ 3280 ਰੁਪਏ ਕਿਵਾਂਟਲ ਵਿਕਿਆ ਤੇ ਮੁੱਛੋ 1401 3250 ਰੁਪਏ ਤੋਂ ਲੈ ਕੇ 3470 ਰੁਪਏ ਕਿਵਾਂਟਲ ਵਿਕਿਆ ਜੁਲਾਨਾ ਮੰਡੀ ਦੇ ਵਿੱਚ ਕਿਸਾਨ ਵੀਰ ਅੱਜ ਨਰਮੇ ਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਇੱਥੇ ਅੱਜ ਨਰਮਾ 9200 ਰੁਪਏ ਤੋਂ ਲੈ ਕੇ 11000 ਰੁਪਏ ਕਿਵਾਂਟਲ ਵਿਕਿਆ ਦੇ ਬਾਸਮਤੀ 11 21 3300 ਰੁਪਏ ਤੋਂ ਲੈ ਕੇ 3800 ਰੁਪਏ ਕਵਾਂਟਲ ਵਿਕਿਆ 17 18 3220 ਰੁਪਏ ਤੋਂ ਲੈ ਕੇ 3650 ਰੁਪਏ ਕਵਾਂਟਲ ਵਿਕਿਆ ਤੇ 30 ਨੰਬਰ ਬਾਸਮਤੀ ਦਾ ਰੇਟ 3552 ਰੁਪਏ ਕਵਾਂਟਲ ਰਹਾ ਐਲਨਬਾਦ ਮੰਡੀ ਦੇ ਵਿੱਚ ਨਰਮਾ 8500 ਰੁਪਏ ਤੋਂ ਲੈ ਕੇ 9180 ਰੁਪਏ ਕਵਾਂਟਲ ਵਿਕਿਆ ਤੇ ਕਪਾ ਦਾ ਰੇਟ 7000 ਰੁਪਏ ਤੋਂ ਲੈ ਕੇ 7332 ਰੁਪਏ ਕਵਾਂਟਲ ਰਹਾ ਮੁੱਛਲ 1400 ਇੱਕ 3000 ਰੁਪਏ ਤੋਂ ਲੈ ਕੇ 3590 ਰੁਪਏ ਕਵਾਂਟਲ ਵਿਕਿਆ ਪੀਬੀ 1 ਦਾ ਰੇਟ 2800 ਰੁਪਏ ਤੋਂ ਲੈ ਕੇ 3351 ਰੁਪਏ ਕਵਾਂਟਲ ਲਿਆ। ਦਿੱਲੀ ਦੀ ਨਰੇਲਾ ਮੰਡੀ ਦੇ ਵਿੱਚ ਬਾਸਮਤੀ 17 18 3200 ਰੁਪਏ ਤੋਂ ਲੈ ਕੇ 3400 ਰੁਪਏ ਕਵਾਂਟਲ ਵਿਕਿਆ ਤੇ 1509 ਦਾ ਰੇਟ 3100 ਰੁਪਏ ਤੋਂ ਲੈ ਕੇ 3364 ਰੁਪਏ ਕਵਾਂਟਲ ਲਿਆ। ਫਤਿਆਬਾਦ ਮੰਡੀ ਦੇ ਵਿੱਚ ਨਰਮਾ 7600 ਰੁਪਏ ਤੋਂ ਲੈ ਕੇ 9200 ਰੁਪਏ ਕਵਾਂਟਲ ਵਿਕਿਆ ਤੇ ਕਪਾਹ ਦਾ ਰੇਟ 6500 ਰੁਪਏ ਤੋਂ ਲੈ ਕੇ 7100 ਰੁਪਏ ਕਵਾਂਟਲ ਲਿਆ। ਬਾਸਮਤੀ 11 21 3200 ਰੁਪਏ ਤੋਂ ਲੈ ਕੇ 3800 ਰੁਪਏ ਕਵਾਂਟਲ ਵਿਕਿਆ ਤੇ 17 18 ਦਾ ਰੇਟ 3100 ਰੁਪਏ ਤੋਂ ਲੈ ਕੇ 3320 ਰੁਪਏ ਕਵਾਂਟਲ ਲਿਆ ਮੁਚਲ 1401 3000 ਰੁਪਏ ਤੋਂ ਲੈ ਕੇ 3475 ਰੁਪਏ ਕਵਾਂਟਲ ਵਿਕਿਆ ਰਾਣੀਆਂ ਮੰਡੀ ਦੇ ਵਿੱਚ ਮੁਚਲ 1401 2900 ਰੁਪਏ ਤੋਂ ਲੈ ਕੇ 3471 ਰੁਪਏ ਕਵਾਂਟਲ ਵਿਕਿਆ ਤੇ ਪੀਬੀ 1 ਦਾ ਰੇਟ 2900 ਰੁਪਏ ਤੋਂ ਲੈ ਕੇ 3272 ਰੁਪਏ ਕਵਾਂਟਲ ਲਿਆ ਸਰਸਾ ਮੰਡੀ ਦੇ ਵਿੱਚ ਨਰਮਾ 8000 ਰੁਪਏ ਤੋਂ ਲੈ ਕੇ 9261 ਰੁਪਏ ਕਵਾਂਟਲ ਵਿਕਿਆ ਤੇ ਕਪਾਹ ਦਾ ਰੇਟ 6700 ਰੁਪਏ ਤੋਂ ਲੈ ਕੇ 7151 ਰੁਪਏ ਕਵਾਂਟਲ ਲਿਆ 17 18 3000 ਰੁਪਏ ਤੋਂ ਲੈ ਕੇ 3495 ਰੁਪਏ ਕਵਾਂਟਲ ਵਿਕਿਆ ਤੇ ਮੁੱਚਲ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3599 ਰੁਪਏ ਕਵਾਂਟਲ ਲਿਆ ਪੀਬੀ 1 2700 ਰੁਪਏ ਤੋਂ ਲੈ ਕੇ 3343 ਰੁਪਏ ਕਵਾਂਟਲ ਰਿਹਾ ਸਮਾਲਕਾ ਮੰਡੀ ਦੇ ਵਿੱਚ ਬਾਸਮਤੀ 11 21 3400 ਰੁਪਏ ਤੋਂ ਲੈ ਕੇ 3700 ਰੁਪਏ ਕਵਾਂਟਲ ਵਿਕਿਆ 17 18 ਦਾ ਰੇਟ 3200 ਰੁਪਏ ਤੋਂ ਲੈ ਕੇ 3505 ਰੁਪਏ ਕਿਵੰਟਲ ਲਿਆ ਐਮਪੀ ਦੀ ਖਰਗੋਨ ਮੰਡੀ ਦੇ ਵਿੱਚ ਕਿਸਾਨ ਵੀਰੋ ਅੱਜ ਨਰਮਾ 9400 ਰੁਪਏ ਤੋਂ ਲੈ ਕੇ 10000 ਰੁਪਏ ਕਿਵੰਟਲ ਵਿਕਿਆ ਨਿਰਵਾਣਾ ਮੰਡੀ ਦੇ ਵਿੱਚ ਬਾਸਮਤੀ 1125 3345 ਰੁਪਏ ਤੋਂ ਲੈ ਕੇ 3800 ਰੁਪਏ ਕਿਵੰਟਲ ਵਿਕਿਆ ਤੇ 1121 ਦਾ ਰੇਟ 3400 ਰੁਪਏ ਤੋਂ ਲੈ ਕੇ 3659 ਰੁਪਏ ਕਿਵੰਟਲ ਲਿਆ ਫਾਜ਼ਲ ਕਾ ਮੰਡੀ ਦੇ ਵਿੱਚ ਬਾਸਮਤੀ 1121 3150 ਰੁਪਏ ਤੋਂ ਲੈ ਕੇ 3635 ਰੁਪਏ ਕਿਵੰਟਲ ਵਿਕਿਆ ਇਸਤਰਾ 18 ਦਾ ਰੇਟ 3000 ਰੁਪਏ ਤੋਂ ਲੈ ਕੇ 3470 ਰੁਪਏ ਕਿਵੰਟਲ ਲਿਆ ਜੀਤ ਮੰਡੀ ਦੇ ਵਿੱਚ ਨਰਮਾ 8000 ਰੁਪਏ ਤੋਂ ਲੈ ਕੇ 8650 ਰੁਪਏ ਕਿਵੰਟਲ ਵਿਕਿਆ ਤੇ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3650 ਰੁਪਏ ਕਿਵੰਟਲ ਲਿਆ ਸ਼ਬਨਮ 2888 ਰੁਪਏ ਕਿਵੰਟਲ ਵਿਕਿਆ ਰਤਿਆ ਮੰਡੀ ਦੇ ਵਿੱਚ ਮੁੱਛਲ 1401 3100 ਰੁਪਏ ਤੋਂ ਲੈ ਕੇ 3533 ਰੁਪਏ ਕਿਵੰਟਲ ਵਿਕਿਆ ਤੇ ਪੀਵੀ1 ਦਾ ਰੇਟ 2800 ਰੁਪਏ ਤੋਂ ਲੈ ਕੇ 3250 ਰੁਪਏ ਕਿਵੰਟਲ ਲਿਆ ਗੋਲੂ ਵਾਲਾ ਮੰਡੀ ਦੇ ਵਿੱਚ ਨਰਮਾ 9200 ਰੁਪਏ ਤੋਂ ਲੈ ਕੇ 9512 ਰੁਪਏ ਕਿਵਾਂਟਲ ਵਿਕਿਆ ਤੇ ਕਬਾਦ ਰੇਟ 6900 ਰੁਪਏ ਤੋਂ ਲੈ ਕੇ 7300 ਰੁਪਏ ਕਿਵਾਂਟਲ ਲਿਆ। ਕਲੈਤ ਮੰਡੀ ਦੇ ਵਿੱਚ ਬਾਸਮਤੀ 1121 3200 ਰੁਪਏ ਤੋਂ ਲੈ ਕੇ 3580 ਰੁਪਏ ਕਿਵਾਂਟਲ ਵਿਕਿਆ ਤੇ 17 18 ਦਾ ਰੇਟ 3200 ਰੁਪਏ ਤੋਂ ਲੈ ਕੇ 3650 ਰੁਪਏ ਕਿਵਾਂਟਲ ਲਿਆ। 30 ਨੰਬਰ ਬਾਸਮਤੀ 3610 ਰੁਪਏ ਕਿਵਾਂਟਲ ਵਿਕਿਆ। ਗੰਗਾ ਨਗਰ ਮੰਡੀ ਦੇ ਵਿੱਚ ਨਰਮਾ 8451 ਰੁਪਏ ਤੋਂ ਲੈ ਕੇ 9600 ਰੁਪਏ ਕਿਵਾਂਟਲ ਵਿਕਿਆ। ਤਿਕਪਾ ਦਾ ਰੇਟ 7200 ਰੁਪਏ ਤੋਂ ਲੈ ਕੇ 7370 ਰੁਪਏ ਕਿਵੰਟਲ ਲਿਆ ਪਿੱਲੂ ਖੇੜਾ ਮੰਡੀ ਦੇ ਵਿੱਚ ਬਾਸਮਤੀ 1121 3350 ਰੁਪਏ ਤੋਂ ਲੈ ਕੇ 3800 ਰੁਪਏ ਕਿਵੰਟਲ ਵਿਕਿਆ ਤੇ 3 ਨੰਬਰ ਬਾਸਮਤੀ ਦਾ ਰੇਟ 3200 ਰੁਪਏ ਤੋਂ ਲੈ ਕੇ 3521 ਰੁਪਏ ਕਿਵੰਟਲ ਲਿਆ ਰਾਏ ਸਿੰਘ ਨਗਰ ਮੰਡੀ ਦੇ ਵਿੱਚ ਨਰਮਾ 8600 ਰੁਪਏ ਤੋਂ ਲੈ ਕੇ 9365 ਰੁਪਏ ਕਿਵੰਟਲ ਵਿਕਿਆ ਅਲੀਗੜ ਮੰਡੀ ਦੇ ਵਿੱਚ ਬਾਸਮਤੀ 1121 3200 ਰੁਪਏ ਤੋਂ ਲੈ ਕੇ 3690 ਰੁਪਏ ਕਿਵੰਟਲ ਵਿਕਿਆ ਇਸਤਾਰਾ 18 ਦਾ ਰੇਟ 2950 ਰੁਪਏ ਤੋਂ ਲੈ ਕੇ 3480 ਰੁਪਏ ਪਰ ਕੁਇੰਟਲ ਲਿਆ 1509 2900 ਰੁਪਏ ਤੋਂ ਲੈ ਕੇ 3250 ਰੁਪਏ ਪਰ ਕੁਇੰਟਲ ਵਿਕਿਆ ਸਰਬਤੀ ਦਾ ਰੇਟ 2200 ਰੁਪਏ ਪਰ ਕੁਇੰਟਲ ਲਿਆ ਗੁਹਾਣਾ ਮੰਡੀ ਦੇ ਵਿੱਚ ਬਾਸਮਤੀ 11 21 3325 ਰੁਪਏ ਤੋਂ ਲੈ ਕੇ 3831 ਰੁਪਏ ਪਰ ਕੁਇੰਟਲ ਵਿਕਿਆ ਇਸਤਾਰਾ 18 ਦਾ ਰੇਟ 3200 ਰੁਪਏ ਤੋਂ ਲੈ ਕੇ 3622 ਰੁਪਏ ਪਰ ਕੁਇੰਟਲ ਲਿਆ 30 ਨੰਬਰ ਬਾਸਮਤੀ 3725 ਰੁਪਏ ਪਰ ਕੁਇੰਟਲ ਵਿਕਿਆ ਤਰਾਵੜੀ ਮੰਡੀ ਦੇ ਵਿੱਚ ਬਾਸਮਤੀ 11 21 33 ਰੁਪਏ ਤੋਂ ਲੈ ਕੇ 3660 ਰੁਪਏ ਕੁਇੰਟਲ ਵਿਕਿਆ ਤੇ 1509 ਦਾ ਰੇਟ 3000 ਰੁਪਏ ਤੋਂ ਲੈ ਕੇ 3440 ਰੁਪਏ ਕੁਇੰਟਲ ਰਿਹਾ 30 ਨੰਬਰ ਬਾਸਮਤੀ 3775 ਰੁਪਏ ਕੁਇੰਟਲ ਵਿਕਿਆ ਕੋਟਾ ਮੰਡੀ ਦੇ ਵਿੱਚ ਬਾਸਮਤੀ 11 21 2800 ਰੁਪਏ ਤੋਂ ਲੈ ਕੇ 3400 ਰੁਪਏ ਕੁਇੰਟਲ ਵਿਕਿਆ ਤੇ 17 18 ਦਾ ਰੇਟ 2770 ਰੁਪਏ ਤੋਂ ਲੈ ਕੇ 3260 ਰੁਪਏ ਕੁਇੰਟਲ ਰਿਹਾ ਮਦਲੋਦਾ ਮੰਡੀ ਦੇ ਵਿੱਚ ਬਾਸਮਤੀ 11 21 3560 ਰੁਪਏ ਤੋਂ ਲੈ ਕੇ 3890 ਰੁਪਏ ਕਿਵਾਂਟਲ ਵਿਕਿਆ ਤੇ 17 18 ਦਾ ਰੇਟ 3240 ਰੁਪਏ ਤੋਂ ਲੈ ਕੇ 3781 ਰੁਪਏ ਕਿਵਾਂਟਲ ਵਿਕਿਆ ਖੈਰ ਮੰਡੀ ਦੇ ਵਿੱਚ ਬਾਸਮਤੀ 1509 3000 ਰੁਪਏ ਤੋਂ ਲੈ ਕੇ 3251 ਰੁਪਏ ਕਿਵਾਂਟਲ ਵਿਕਿਆ ਤੇ ਡੀਪੀ ਦਾ ਰੇਟ 2800 ਰੁਪਏ ਤੋਂ ਲੈ ਕੇ 3051 ਰੁਪਏ ਕਿਵਾਂਟਲ ਵਿਕਿਆ ਤੁਕਸਾਨ ਵੀ ਰੋਈ ਸੀ ਵਕ ਵਕ ਮੰਡੀਆਂ ਦੇ ਵਿੱਚ ਨਰਮਾ ਕਪਾਹ ਤੇ ਅਬਾਸਮਤੀ ਦੇ ਨਵੇਂ ਰੇਟ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਫਿਰ ਹਾਜ਼ਰ ਹੋਵਾਂਗੇ ਨਵੇਂ ਰੇਟ ਲੈ ਕੇ ਧੰਨਵਾਦ